ਹੁਣ ਆ ਗਏ ਜੀ ਉਹ ਗੱਡੀ ਕੋਲੇ ਜਿਹੜੀ ਤੋਹਫਾ ਦੱਸ ਰਹੇ ਸੀ ਵੀ ਏਸੀ ਵੀ ਆ ਸਾਰਾ ਕੁਝ ਓਕੇ ਆ ਪਾਵਰ ਵਿੰਡੋ ਸੈਂਟਰ ਲੌਕ 80,000 ਚ ਹਾਂਜੀ ਪਹਿਲਾ ਰੇਟ ਵੀ ਨਹੀਂ ਗੰਦ ਦਾ ਰੇਟ ਨਹੀਂ ਦਿੰਦੇ ਅੱਛਾ ਜੀ ਚੀਜ਼ ਵੀ ਹੋਣੀ ਚਾਹੀਦੀ ਆ ਤੋਹਫਾ ਬਿਲਕੁਲ ਤੋਹਫਾ ਜੀ ਕਹਿੰਦੇ ਹੈਗਾ ਵੀ ਬੰਦਾ ਨਾ 1 ਰੁਪਏ ਦਾ ਕੰਮ ਕੱਢ ਕੇ ਦਿਖਾਵੇ ਕਾਰ ਦੇ ਵਿੱਚ 1 ਰੁਪਏ ਦੀ ਆਪਾਂ ਨੇ ਹੁਣ ਕਰਵਾਈ ਜੀ ਹਜੇ ਮੈਨੂੰ ਲੱਗਦਾ 100 ਵੀ ਨਹੀਂ ਚੱਲੀ ਹੈਗੀ ਜੀ ਇੰਜਨ ਗੇਅਰ ਦੀ ਕਿਵੇਂ ਆ ਜੀ 1 ਗਾਰੰਟੀ ਹੈ ਜੀ ਆਲ ਓਰੀਜਨਲ ਕਾਰ ਸਾਰੇ ਫੀਚਰ ਨੇ ਗੱਡੀ 'ਚ ਸਾਰੇ ਫੀਚਰ ਨੇ ਗੱਡੀ ਬਾਈ ਸਾਰੇ ਫੀਚਰ ਸਿਰਫ 80,000 'ਚ ਵੱਡੀ ਗੱਲ ਆ ਵੀਡੀਓ ਸਕਿਪ ਨਾ ਕਰਿਓ ਵੀਡੀਓ ਆਪਾਂ ਕੇ ਸ਼ੇਅਰ ਕਰਕੇ ਆਊਗਾ ਉਹਨੂੰ 5,000 ਰੁਪਏ ਦਾ ਗਿਫਟ ਕਰਾਂਗੇ ਜੀ ਇੰਟੀਰੀਅਰ ਵੀ ਦਿਖਾਓ ਜੀ ਗੱਡੀ ਦਾ ਫਿਰ ਆਪਾਂ ਗੱਲਬਾਤ ਕਰਦੇ ਆ ਡਿਟੇਲ ਲੈਨੇ ਆ ਬਾਬਾ ਜੀ ਤੋਂ ਵੀ ਕੀ ਹਿਸਾਬ ਕਿਤਾਬ ਆ ਕਿੰਨੇ ਮੰਗ ਕਰਦੇ ਹੋ ਕਿੰਨੇ ਦੀ ਸਾਡੇ ਦਰਸ਼ਕਾਂ ਨੂੰ ਛੱਡ ਦੋਗੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੌਂਗੋਵਾਲੀਆ ਗੋਬਿੰਦ ਸਿੰਘ ਪੇਜ ਤੇ ਦੋਸਤੋ ਅੱਜ ਗੱਡੀਆਂ ਲੈ ਕੇ ਆਏ ਆ ਬਜਟ 'ਚ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਐਨ ਗਿਫਟ ਨੇ ਕੋਕੇ ਪੀਸ ਨੇ ਬਾਈ ਗੱਡੀਆਂ ਕੀ ਕਹਿੰਦੇ ਹੋ ਸਿਰਾ ਨੇ ਲੱਖ ਤੋਂ ਥੱਲੇ ਵਾਲੀ ਗੱਡੀ ਵੀ ਇਹਨਾਂ ਕੋਲ ਬਾਈਆਂ ਕੋਲ ਸਿਰਾ ਕੀ ਗੱਲਬਾਤ ਕਰਾਂਗੇ ਖੜੇ ਹਾਂ ਪਿੰਡ ਲੋਹਾ ਖੇੜਾ ਸਿੱਧੂ ਕਾਰ ਬਾਜ਼ਾਰ ਵਾਲੇ ਬਾਬੇ ਕੋਲ ਬਾਬਾ ਕਾਲਾ ਖਾਨ ਜੀ ਘੈਂਟ ਗੱਡੀਆਂ ਨੇ ਤੁਸੀਂ ਇਹਨਾਂ ਨੂੰ ਜਾਣਦੇ ਹੋ ਕਿਉਂਕਿ ਜਿਹੜੇ ਵੀਰ ਮੇਰੀਆਂ ਵੀਡੀਓ ਦੇਖਦੇ ਨੇ ਨਾ ਸਾਰਿਆਂ ਨੂੰ ਪਤਾ ਵੀ ਇਹਨਾਂ ਦੇ ਰੇਟ ਨੇ ਜਿਹੜੇ ਪੰਜਾਬ 'ਚ ਸਭ ਤੋਂ ਸਸਤੀਆਂ ਗੱਡੀਆਂ ਦੇ ਮੈਂ ਦਾਅਵਾ ਕਰਦਾ ਇਹਨਾਂ ਦਾ ਦਾਅਵਾ ਹੁੰਦਾ ਵੀ ਪੰਜਾਬ 'ਚ ਸਭ ਤੋਂ ਸਸਤੀ ਗੱਡੀ ਆ ਅਤੇ ਗੱਡੀ ਵੀ ਏ ਕਲਾਸ ਹੁੰਦੀ ਹੈ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਗੱਡੀਆਂ ਦੇਖ ਕੇ ਤੁਸੀਂ ਐਂ ਕਹੋਗੇ ਵੀ ਯਾਰ ਗੱਡੀਆਂ ਤਾਂ ਇੱਥੇ ਹੀ ਨੇ ਇਸੇ ਬੰਦੇ ਕੋਲ ਪਹੁੰਚੀਏ ਮੈਨੂੰ ਲੱਗਦਾ ਵੀ ਬੰਦੇ ਅੰਮ੍ਰਿਤਸਰ ਤੋਂ ਚੱਲ ਕੇ ਆਉਂਦੇ ਨੇਗੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੋਹਾ ਖੇੜੇ 'ਚ ਸਵਾਗਤ ਕਰਦੇ ਹਾਂ ਸਵਾਗਤ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਹੋ ਜੀ ਕੀ ਹਾਲ ਚਾਲ ਨੇ ਹਾਂਜੀ ਬਾਬਾ ਜੀ ਕਿਵੇਂ ਸਿਹਤਾਂ ਕਿਵੇਂ ਰਹਿੰਦੀਆਂ ਨੇ ਕੰਮ ਧੰਦਾ ਗੱਡੀਆਂ ਖਿੱਚੀ ਵਾਲੇ ਫਿਰ ਕੰਮ ਧੰਦਾ ਚੱਲੀ ਜਾਂਦਾ ਜੀ ਮਾਲਕ ਅੱਛਾ ਅੱਜ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਦੇ ਰਹੇ ਹੋ ਕਿਹੜਾ ਗਿਫਟ ਦੇ ਰਹੇ ਹੋ ਬੈਸਟ ਕਾਰਾਂ ਤੁਹਾਡੇ ਕੋਲ ਕਿਹੋ ਜਿਹੀਆਂ ਨੇਗੀਆਂ ਕਾਰਾਂ 1 ਤੋਂ 1 ਵਧੀਆ ਜੀ ਸਸਤੇ ਰੇਟ ਦੀਆਂ ਕਾਰਾਂ ਨੇ ਆਪਣੇ ਕੋਲ ਅਤੇ ਕਾਰਾਂ ਵੀ ਤੋਹਫੇ ਨੇਗੇ ਠੀਕ ਹੈ ਜੀ ਅਨਟੱਚ ਕਾਰਾਂ ਨੇਗੀਆਂ ਲੈ ਵੀ ਦੋਸਤੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਮੇਰੇ ਨਾਲ ਜਿਹੜੀ ਗੱਲ ਮੈਨੂੰ ਦੱਸੀ ਤੀ 80,000 ਦੀ ਏਸੀ ਘੈਂਟ ਹੀਟਰ ਪੂਰਾ ਘੈਂਟ ਚਾਰੇ ਟਾਇਰ ਨਵੇਂ ਪਾਵਰ ਪੰਜੇ ਜੀ ਪੰਜੇ ਟਾਇਰ ਨਵੇਂ ਪੰਜੇ ਟਾਇਰ ਵੀਰੇ ਸੋਰੀ ਮੁਰਲੇ ਵਿੰਡੋ ਪਾਵਰ ਅੱਛਾ ਜੀ ਸੀਐਨਜੀ ਕਿੱਟ ਲੱਗੀ ਹੋਈ ਹੈ ਸੈਂਟਰ ਲੌਕ ਆਲ ਓਰੀਜਨਲ ਕਾਰ ਸਾਰੇ ਫੀਚਰ ਨੇ ਗੱਡੀ 'ਚ ਸਾਰੇ ਫੀਚਰ ਨੇ ਬਾਈ ਸਾਰੇ ਫੀਚਰ ਸਿਰਫ 80,000 'ਚ ਵੱਡੀ ਗੱਲ ਆ ਵੀਡੀਓ ਸਕਿਪ ਨਾ ਕਰਿਓ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹੋਰਾਂ ਨੂੰ ਵੀ ਇਹ ਤੋਹਫੇ ਬਾਈਆਂ ਕੋਲ ਬਹੁਤ ਖੜੇ ਨੇ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚੇ ਅੱਜ ਸ਼ੁਰੂ ਕਰਦੇ ਹਾਂ ਆਪਾਂ ਪੰਜਾਬੀਆਂ ਦੀ ਪਹਿਲੀ ਪਸੰਦ K10 ਚਿੱਟੇ ਰੰਗ ਦੀ ਲਸ਼ ਲਸ਼ ਕਰਦੀ ਸੌਰੀ ਅਲਟੋ K10 BXI ਟੋਪ ਮਾਡਲ ਦੀ ਲਸ਼ ਲਸ਼ ਕਰਦੀ ਆ ਅਲਾਏ ਲੱਗੇ ਹੋਏ ਨੇ ਟਾਇਰ ਵੀ 90 ਪੈਸੇ ਪਏ ਨੇ ਹਨਾ ਜੀ ਕਿ 100 ਹੀ ਨੇ 90 ਪੈਸੇ ਟਾਇਰ ਨੇ ਜੀ 50-90 ਨੇ ਜੀ ਕਿ ਸਟਿਪਣੀ ਦਾ ਫਰਕ ਆ ਕੋਈ ਨਹੀਂ 50-90 ਜੀ ਇੰਟੀਰੀਅਰ ਵੀ ਦਿਖਾਓ ਜੀ ਗੱਡੀ ਦਾ ਫਿਰ ਆਪਾਂ ਗੱਲਬਾਤ ਕਰਦੇ ਹਾਂ ਡਿਟੇਲ ਲੈਂਦੇ ਹਾਂ ਬਾਬਾ ਜੀ ਤੋਂ ਵੀ ਕੀ ਹਿਸਾਬ ਕਿਤਾਬ ਆ ਕਿੰਨੇ ਮੰਗ ਕਰਦੇ ਹੋ ਕਿੰਨੇ ਦੀ ਸਾਡੇ ਦਰਸ਼ਕਾਂ ਨੂੰ ਛੱਡ ਦੋਗੇ ਬਾਕੀ ਸ਼ੇਅਰ ਬਾਰੇ ਵੀ ਪੁੱਛਾਂਗੇ ਵੀ ਸ਼ੇਅਰ ਕਰਦੇ ਤੁਸੀਂ ਕੀ ਦਿਓਗੇ ਹਾਂਜੀ ਬਾਬਾ ਜੀ ਕੀ ਹਿਸਾਬ ਕਿਤਾਬ ਆ ਗੱਡੀ ਦਾ ਜੀ ਇਹ 2014 ਮਾਡਲ ਹੈ ਜੀ ਅੱਛਾ ਜੀ ਠੀਕ ਹੈ ਜੀ ਅਲਟੋ K10 BXI ਜੀ 2014 ਮਾਡਲ ਕਾਰ ਦੇ ਦਾਂਗੇ ਜੀ ਆਪਾਂ ਇਹ 2,15,000 ਰੁਪਏ ਦੀ NOC ਦੇ ਨਾਲ K10 2,15,000 ਦੀ 2,15,000 ਦੀ 14 ਮਾਡਲ 2014 ਮਾਡਲ ਬਹੁਤ ਸਸਤੀ ਆ ਦੋਸਤੋ ਬਹੁਤ ਭਾਅ ਚ ਆ ਇਹ ਗੱਡੀਆਂ ਮਿਲਦੀਆਂ ਨਹੀਂ ਕਾਰ ਦੀ ਕੰਡੀਸ਼ਨ ਕੀ ਹੈ ਜਿਵੇਂ ਸ਼ੋਰੂਮ ਚੋਂ ਆਈ ਲਸ਼ ਲਸ਼ ਕਰਦੀ ਆਂਡੇ ਵਰਗੀ ਕਾਰ ਪਈ ਆ ਬਾਈ ਚਿੱਟੇ ਰੰਗ ਦੀ ਚਿੱਟਾ ਵੀ ਪਿਓਰ ਹੈਗਾ ਹਨਾ ਜੀ ਵਿੱਚ ਕਰੀਮ ਕਰੂਮ ਜੇ ਹੁੰਦੇ ਨੇ ਜਾਂ ਕੋਈ ਕਰੀਮ ਨਹੀਂ ਜੀ ਪਿਓਰ ਚਿੱਟਾ ਹੈ ਇਹ ਕਿ ਮੈਂ ਤੁਹਾਨੂੰ ਹੋਰ ਦੱਸਦਾ ਹਾਂਜੀ ਅਨਟੱਚ ਕਾਰ ਹੈਗੀ ਅੱਛਾ ਜੀ ਠੀਕ ਹੈ ਬੰਪਰ ਪੇਂਟ ਨੇ ਥੋੜੀ ਡੱਗੀ ਪੇਂਟ ਹੈਗੀ ਐਂ ਮੰਨ ਕੇ ਚੱਲੋ ਰੁਪਏ ਦੇ ਵਿੱਚੋਂ 30 ਪੈਸੇ ਪੈਂਟ ਆ 70 ਪੈਸੇ ਓਰੀਜਨਲ ਕਾਰ ਉਹ ਵੈਸੇ ਦਿੱਲੀ ਦਾ ਜਿਹੜਾ ਨੰਬਰ ਹੋਵੇ ਉਹਦਾ ਹੁੰਦਾ ਹੀ ਆ ਕਿਉਂਕਿ ਦਿੱਲੀ 'ਚ ਝਰੀਟਾਂ ਦਾ ਵੱਜਦੀਆਂ ਰਹਿੰਦੀਆਂ ਨੇ ਹਾਂਜੀ ਕਦੇ ਵੀ ਐਕਸੀਡੈਂਟ ਦੀ ਹੁੰਦਾ ਤੇ ਇਹਦਾ ਮੰਗ ਕੀ ਆ ਜੀ ਇਹ 2014 ਮਾਡਲ ਹੈ ਜੀ ਹਾਂਜੀ ਠੀਕ ਹੈ ਜੀ ਕਾਰ ਦੇ ਦਾਂਗੇ ਆਪਾਂ 2,15,000 ਰੁਪਏ ਦੀ NOC ਦੇ ਨਾਲ 2,15,000 ਦੀ 14 ਮਾਡਲ ਬਈ ਇਹ ਯਾਰ ਰੇਟ ਕਿਤੇ ਨਹੀਂ ਮਿਲਣਾ ਖਿੱਚੋ ਨਹੀਂ ਮਿਲਦਾ ਪੂਰੇ ਪੰਜਾਬ ਚ ਨਹੀਂ 11 ਮਾਡਲ ਦੇ ਮੰਗੀ ਜਾਂਦੇ ਨੇ ਲੋਕ 2-2 ਲੱਖ ਰੁਪਈਆ ਲਓ ਜੀ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇਹਨਾਂ ਦੀ ਇਹਨਾਂ ਕੋਲੇ ਗੱਡੀ ਹਫਤਾ ਖੜਦੀ ਨਹੀਂ ਹੁੰਦੀ ਗੱਡੀ ਵੀਡੀਓ ਦੇਖ ਲਈ ਹਫਤੇ ਬਾਅਦ ਐ ਨਹੀਂ ਪਤਾ ਤੁਹਾਨੂੰ ਉਹ ਗੱਡੀ ਇਹਨਾਂ ਕੋਲੇ ਐਂ ਤੋਂ ਮਿਲੇ ਨਾ ਕਿਉਂਕਿ ਰੇਟ ਇਹਨਾਂ ਦੀ ਗਰੰਟੀ ਆ ਵੀ ਪੰਜਾਬ 'ਚ ਇਹਨਾਂ ਵਾਲਾ ਰੇਟ ਕੋਈ ਨਹੀਂ ਦੇ ਸਕਦਾ ਰੇਟ ਹਾਂਜੀ ਇੱਕ ਚੀਜ਼ ਹਾਂ ਜਿਹੜੀ ਕੰਡੀਸ਼ਨ ਦੀ ਇਹ ਚੀਜ਼ ਕੱਲਾ ਰੇਟ ਵੀ ਨਹੀਂ ਗੰਦ ਦਾ ਰੇਟ ਨਹੀਂ ਦਿੰਦੇ ਅੱਛਾ ਜੀ ਚੀਜ਼ ਵੀ ਹੋਣੀ ਚਾਹੀਦੀ ਆ ਤੋਹਫਾ ਬਿਲਕੁਲ ਤੋਹਫਾ ਜੀ ਕਹਿੰਦੇ ਹੈਗਾ ਵੀ ਬੰਦਾ ਨਾ 1 ਰੁਪਏ ਦਾ ਕੰਮ ਕੱਢ ਕੇ ਦਿਖਾਵੇ ਕਾਰ ਦੇ ਵਿੱਚ 1 ਰੁਪਏ ਬਾਈ ਆਹ ਗੱਡੀ ਕੋਲੇ ਮੈਂ ਖੜਾ ਮੈਂ ਦੇਖ ਰਿਹਾ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਤੁਹਾਨੂੰ ਸ਼ਾਇਦ ਨਹੀਂ ਪਤਾ ਲੱਗ ਰਿਹਾ ਹੋਣਾ ਪਰ ਮੈਂ ਕਹਿਣਾ ਵੀ ਗੱਡੀ ਏ ਕਲਾਸ ਜਮਾਂ ਬੰਬ ਪੀਸ ਪਿਆ ਗਾ ਅਗਲੀ ਗੱਡੀ ਦੇ ਆਜੋ ਜੀ ਹਾਂਜੀ ਬਾਬਾ ਜੀ ਸੁਜ਼ੂਕੀ ਸਵਿਫਟ ਹਾਂਜੀ 2007 ਮਾਡਲ
ठीक है जी। तो सत्त मॉडल है जी LXI पेट्रोल जी, ठीक है जी। तो बरनला नंबर आते कार दे देंगे आप, पासिंग करा के ना करा के 1,30,000 रुपए की पासिंग करा के नाम करा के जी। सारा जबन मिल के जी। यह पक्के नंबर जी है जी? नहीं, नंबर लगे हुआ है, लगे हुआ नंबर है जी। लो दोस्तों, स्विफ्ट जेडे बंदे स्विफ्ट लैण दे शकीन ने, बजट दे विच कारा CNG किट लगी हुई है जी। इहदे नहीं CNG किट नहीं, पेट्रोल ओरिजिनल पेट्रोल गड्डी आ बई, बजट दे विच कारा जमा खिच दो, काम नूं कर लो फोन। बाबा जी दा नंबर स्क्रीन ते चल रहा है, शेयर करने वाले नूं दसो जी की दोगे। शेयर करने वाले दा वध तों वध मानदान करांगे, जिहड़ा दब के शेयर करके आऊगा ਉਹਨੂੰ 5,000 ਰੁਪਏ ਦਾ ਗਿਫਟ ਕਰਾਂਗੇ ਬਾਈ। ਲਓ ਸ਼ੇਅਰ ਕਰ ਦਿਓ, ਵੱਧੋ ਵੱਧ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜ ਦਿਓ। ਮੈਂ ਬਾਬਾ ਜੀ ਨੂੰ ਕਹੂੰਗਾ ਵੀ ਗੱਡੀ ਲੈਣ ਆਏ ਨੂੰ 5,000 ਦਾ ਗਿਫਟ ਜ਼ਰੂਰ ਦਿਓ ਜੀ। ਜਿਹੜਾ ਬੰਦਾ ਇਹਦੀ ਕਿਹਾ 5,000 ਰੁਪਏ ਉਹਦੇ ਵਾਸਤੇ ਸਪੈਸ਼ਲ ਡਿਸਕਾਊਂਟ ਹੋਊਗਾ ਕਾਰ ਦੇ। ਬਿਲਕੁਲ ਜੀ, ਜਾਂ ਤਾਂ ਡਿਸਕਾਊਂਟ ਲੈ ਸਕਦੇ ਹੋ ਸੌਦਾ ਹੁਣ ਤੋਂ ਬਾਅਦ, ਜਿਹੜਾ ਸਭ ਤੋਂ ਵੱਧ ਸ਼ੇਅਰ ਕਰੂਗਾ, ਜਾਂ ਫਿਰ ਇੱਕ ਗਿਫਟ ਲਿਜਾ ਸਕਦੇ ਹੋ, ਉਹ ਸਿਫਾਰਸ਼ ਮੈਂ ਕਰੂੰਗਾ ਬਾਬਾ ਜੀ ਨੂੰ। ਮੈਨੂੰ ਸਕਰੀਨਸ਼ਾਟ ਭੇਜ ਦਿਓ। ਫਿਰ ਸਵਿਫਟ ਆ ਜੀ, ਇਹ 2009 ਮਾਡਲ ਹੈ ਜੀ ਜੀ, ਠੀਕ ਹੈ ਜੀ। ਅਤੇ ਹਰਿਆਣਾ ਨੰਬਰ ਆ, NOC ਹਾਜ਼ਰ ਆ, ਗੱਡੀ ਬਿਲਕੁਲ ਏ ਕਲਾਸ ਹੈ ਜੀ, 2009 ਮਾਡਲ ਆ, ਅਲਾਈ ਲੱਗੇ ਹੋਏ ਨੇ, ਅਲਾਈ ਟਾਇਰ ਵਧੀਆ ਨੇ ਗੇ, ਠੀਕ ਹੈ ਜੀ। VDI ਹੈ, ਅਤੇ ਕਾਰ ਦੇ ਦਾਂਗੇ ਜੀ ਆਪਾਂ 1,45,000 ਰੁਪਏ ਦੀ NOC ਨਾਲ ਜੀ। NOC ਕੱਟੀ ਹੋਈ ਹੈ ਜੀ, NOC ਕੱਟੀ ਹੋਈ ਹੈ, ਕਿੱਥੋਂ ਦੀ ਕੱਟੀ ਹੋਈ ਹੈ ਜੀ? ਮੋਗਾ ਜੀ, ਮੋਗੇ ਦੀ PV29 NOC ਕੱਟੀ ਹੋਈ ਹੈ ਜੀ। ਇੱਕ ਵਾਰੀ ਫਿਰ ਰੇਟ ਬੋਲ ਦਿਓ ਜੀ, ਕਿਉਂਕਿ ਗੱਡੀ ਦਾ ਨਵਾਂ ਮਾਡਲ ਆ, ਹਾਂਜੀ VDI, ਠੀਕ ਹੈ ਜੀ। NOC ਕੱਟੀ ਹੋਈ ਹੈ, ਲਾਈਟ ਟਾਇਰ ਵਧੀਆ ਨੇ, ਕਾਰ ਦੀ ਕੰਡੀਸ਼ਨ 1 ਨੰਬਰ ਹੈ, ਬਿਲਕੁਲ ਅੰਦਰੋਂ ਬਾਹਰੋਂ ਦੇਖੋ। 1,45,000 ਰੁਪਏ ਦੀ, 1,45,000 ਦੀ ਬਾਬਾ ਜੀ। ਇੰਜਣ ਗੇਅਰ ਦੀ ਜ਼ਿੰਮੇਵਾਰੀ ਹੈ ਜੀ ਸਾਰੀ, ਓਕੇ ਕਾਰ। ਆਹ ਦੇਖੋ ਜੀ, ਗੱਡੀ ਅੰਦਰੋਂ ਵੀ ਐਨ ਸਾਫ ਸੁਥਰੀ ਪਈ ਆ, ਮਾਡਲ ਦੇ ਹਿਸਾਬ ਨਾਲ ਕੰਮ ਨਹੀਂ ਮੰਗਦੀ, ਸੀਟ ਕਵਰ ਐਨ ਓਕੇ ਲੱਗੇ ਹੋਏ ਨੇ, ਸਿਰਾ ਗੱਡੀ ਆ ਜੀ। ਹੁਣ ਆ ਗਏ ਜੀ ਉਹ ਗੱਡੀ ਕੋਲੇ ਜਿਹੜੀ ਤੋਹਫਾ ਦੱਸ ਰਹੇ ਸੀ ਵੀ AC ਵੀ ਆ, ਸਾਰਾ ਕੁਛ ਓਕੇ ਆ, ਪਾਵਰ ਵਿੰਡੋ ਸੈਂਟਰ ਲੌਕ 80,000 ਚ, ਗੱਡੀ ਸੋਹਣੀ ਆ, ਰੰਗ ਵੀ ਕੈਂਟ ਆ। ਆਹ ਦਿਖਾਓ ਜੀ ਗੱਡੀ ਬਾਬਾ ਜੀ, ਦਿਓ ਡਿਟੇਲ ਗੱਡੀ ਦੀ ਜਿੰਨੀ ਕੁ ਦੱਸਤੀ ਉਦੋਂ ਬਾਅਦ ਵਾਲੀ। ਇਹ 2008 ਮਾਡਲ ਹੈ ਜੀ ਜੀ, LXI ਹੈ, ਠੀਕ ਹੈ ਜੀ। ਮੁਰਲੀਆਂ ਵਿੰਡੋਆਂ ਪਾਵਰ ਆ, ਸੈਂਟਰ ਲੌਕ ਆ, ਅਤੇ CNG ਕਿੱਟ ਲੱਗੀ ਹੋਈ ਹੈ ਜੀ, ਠੀਕ ਹੈ ਜੀ। ਡੈੱਕ ਤੋਂ ਲੈ ਕੇ ਸੀਟਾਂ ਕਵਰਾਂ ਤੋਂ ਲੈ ਕੇ, ਅਤੇ ਕੋਈ ਵੀ 1 ਰੁਪਏ ਦਾ ਕੰਮ ਨਹੀਂ ਕਾਰ ਦੇ ਵਿੱਚ, ਕਿਤੇ ਜਰ ਨਹੀਂ, ਕਿਤੇ ਗਿਲਾਵਟ ਨਹੀਂ, ਕੋਈ ਲੱਗੀ ਵੱਜੀ ਨਹੀਂ, ਕੋਈ ਪੇਂਟ ਨਹੀਂ, ਸਾਰੀ ਜੈਨੂਨ ਕਾਰ ਹੈ ਜੀ। ਲੈ ਵੀ ਬਾਈ 2008 ਮਾਡਲ, 80,000 ਚ ਤਾਂ ਹੁਣ ਮੋਟਰਸਾਈਕਲ ਵੀ ਨਹੀਂ ਆਉਂਦਾ ਬਾਈ। ਆ ਇਹਦੇ ਵਿੱਚ ਤੁਸੀਂ ਸਾਰਾ ਟੱਬਰ ਬਿਠਾ ਕੇ ਮੀਂਹ ਕਣੀ 'ਚ ਜਿੱਥੇ ਮਰਜ਼ੀ ਲੈ ਜਾਓ, ਖਰਚਾ ਵੀ ਮੋਟਰਸਾਈਕਲ ਜਿੰਨਾ, ਕਿਉਂਕਿ CNG ਕਿੱਟ ਲੱਗੀ ਹੋਈ ਆ, 30 ਦੀ ਐਵਰੇਜ CNG 'ਤੇ ਬਾਈ ਜੀ। ਮੋਟਰਸਾਈਕਲ ਜਿੰਨੇ ਖਰਚੇ 'ਚ 5 ਜਣਿਆਂ ਨੂੰ ਲੈ ਜਾਓ, ਨਾਲੇ ਟਾਇਰ ਨਵੇਂ, 5 ਟਾਇਰ ਨਵੇਂ, ਹਾਂ, ਨਾਲੇ ਤੁਹਾਡੇ ਜਵਾਕਾਂ ਨੂੰ ਠੰਡ ਦੇ ਵਿੱਚ ਮੀਂਹ ਕਣੀ ਦੇ ਵਿੱਚ ਕੋਈ ਦਿੱਕਤ ਨਹੀਂ ਆਊ, ਰਾਤ ਬਰਾਤੇ ਕੋਈ ਦਿੱਕਤ ਨਹੀਂ ਆਊਗੀ, ਨਹੀਂ ਜੀ। 15 ਮਾਡਲ ਵਰਗਾ ਇਹਦਾ AC ਹੈ ਜੀ। ਅੱਛਾ ਜੀ, ਹਾਂ AC ਪੂਰਾ ਚੇਲਦਾ ਜੀ। ਲਓ ਜੀ AC ਵਾਲੀ ਵੀ ਕਹਿੰਦੇ, ਇੰਜਣ ਗੇਅਰ ਦੀ ਜੀ ਗਰੰਟੀ ਆ, ਲਿਖ ਕੇ ਜੀ, ਕਿੰਨੇ ਦੀ ਸੀਲਡ ਕਾਰ, ਬਿਲਕੁਲ ਸੀਲਡ ਆ। ਅੱਛਾ ਜੀ, ਜਮਾ ਸੀਲਡ ਦੀ ਲਿਖ ਕੇ ਗਰੰਟੀ ਲੈਣੀ ਹੈ, 1 ਸਾਲ ਦੀ। ਅੱਛਾ, ਲਓ ਵੀ ਬਾਈ ਦੋਸਤੋ ਕਰ ਦਿਓ ਖਿੱਚ ਦਿਓ, ਇਦੋਂ ਸਸਤੀ ਗੱਡੀ ਨਹੀਂ ਮਿਲਣੀ, ਇਦੋਂ ਸਸਤੀ ਇਹ 'ਤੇ ਕੋਈ ਡਿਸਕਾਊਂਟ ਵੀ ਨਹੀਂ ਹੋਣਾ, ਕਿ ਨਹੀਂ ਜੀ? ਕਿਉਂਕਿ ਪਹਿਲੀ ਸਾਰਾ ਕੁਛ ਛੱਡ ਰੱਖਿਆ ਗਾ, ਹੁਣ ਆ ਗਿਆ ਜੀ ਲਗਜ਼ਰੀ ਗੱਡੀ, ਲੰਮੀ ਗੱਡੀ, ਸਡਾਨ ਕਾਰ, ਐਨ ਸੇਫਟੀ ਰੇਟਿੰਗ ਤੋਂ ਏ ਕਲਾਸ, ਸੇਫਟੀ ਪੱਖੋਂ ਇਹ ਗੱਡੀਆਂ ਸਿਰਾਂ ਨੇ ਜੀ। ਐਵਰੇਜ ਵਾਲੀ ਗੱਲ ਤੁਹਾਨੂੰ ਦੱਸਾਂਗੇ, ਤੁਸੀਂ ਸੁਣ ਕੇ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ, ਐਵਰੇਜ ਇੰਨੀ ਆ ਐਡੀ ਲੰਮੀ ਗੱਡੀ ਦੀ, ਗੱਡੀ ਅੰਦਰੋਂ ਬਾਹਰੋਂ ਸਿਰਾ ਗਈ। ਇਹਦੇ ਬਾਰੇ ਡਿਟੇਲ ਦਿਓ, ਐਂਡ ਦੇ ਐਵਰੇਜ ਦੱਸਿਓ ਬਾਬਾ ਜੀ। ਹਾਂਜੀ ਹਾਂਜੀ, 2014 ਮਾਡਲ ਹੈ ਜੀ, ਫਸਟ ਓਨਰ ਕਾਰ ਹੈ, ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ, ਸਿਉਣੇ ਵਰਗੀ ਕਾਰ ਹੈ, ਜਿਹਨੂੰ ਸਿਉਣੇ ਵਰਗੀ ਕਾਰ ਕਹਿੰਦੇ ਨੇ ਨਾ ਜੀ, ਉਹ ਕਾਰ ਹੈ। ਟੋਪ ਮਾਡਲ ਹੈ, ਵੱਡੀ ਟੱਚ ਲੱਗੀ ਹੋਈ ਆ, ਪਿਛਲੇ ਸੀਟਾਂ 'ਤੇ ਬਲੋਰ ਆ, ਠੀਕ ਹੈ ਜੀ। ਗੱਡੀ ਦੀ ਕੰਡੀਸ਼ਨ 1 ਨੰਬਰ ਆ, ਸਰਵਿਸ ਨਵੀਂ ਹੋਈ ਹੋਈ ਹੈ ਜੀ ਕਾਰ ਦੀ। ਅੱਛਾ ਜੀ, ਇਕੱਲੀ ਤੇਲ ਪਾਉਣਾ ਅਤੇ ਚਲਾਉਣੀ ਹੈ ਬਸ। ਅੱਛਾ, ਆਓ ਇੱਥੋਂ ਹੱਕ ਲਓ ਗਾਹਾਂ ਵਾਲੇ ਪੰਪ ਤੋਂ, ਤੇਲ ਪਵਾ ਲਓ, ਇੰਨਾ ਹੀ ਕੰਮ ਆ ਜੀ, ਹੋਰ ਕੁਛ ਨਹੀਂ ਕਰਾਉਣਾ। 1 ਰੁਪਏ ਦਾ ਕੰਮ ਨਹੀਂ ਹੈਗਾ ਕਾਰ ਦੇ ਵਿੱਚ, 1 ਰੁਪਏ ਦਾ ਕਹੇ ਜਾ। ਤੁਹਾਡੇ ਕੋਲ ਨੋਟ ਆ ਜੀ ਕਿੰਨੇ 'ਤੇ ਸਰਵਿਸ ਹੋਈ ਆ?
ਸਰਵਿਸ ਇਹਦੀ ਆਪਾਂ ਨੇ ਹੁਣ ਕਰਵਾਈ ਹੈ ਜੀ, ਹਜੇ ਮੈਨੂੰ ਲੱਗਦਾ 100 ਵੀ ਨਹੀਂ ਚੱਲੀ ਹੈਗੀ ਜੀ। ਇੰਜਨ ਗੇਅਰ ਦੀ ਕਿਵੇਂ ਹੈ ਜੀ? 1K ਗਾਰੰਟੀ ਹੈ ਜੀ। ਗੱਡੀ ਇਹ ਐਸੀ ਹੀਟਰ ਬਿਲਕੁਲ 1 ਨੰਬਰ। ਅੱਛਾ ਜੀ, ਲੰਮੇ ਸਫ਼ਰ 'ਚ ਨਜ਼ਾਰਾ ਕਿਵੇਂ ਦੇਊ ਜਿਵੇਂ ਲੰਮੀ ਗੱਡੀ ਆ? ਲੰਮੇ ਸਫ਼ਰ 'ਚ ਜਿੰਨੀ ਲੰਮੀ ਹੈ ਜੀ ਉਨੇ ਨਜ਼ਾਰਾ ਦੇਊਗੀ ਇਹ। ਅੱਛਾ ਜੀ, ਠੀਕ ਹੈ। ਇੱਕ ਤਾਂ ਇਹਦੀ ਕੂਲਿੰਗ ਪੂਰੀ ਟੌਪ ਦੀ ਹੈ। ਅੱਛਾ ਜੀ, ਇੱਕ ਇਹਦੀ ਐਵਰੇਜ ਪੂਰੀ ਟੌਪ ਦੀ ਹੈ। ਇੱਕ ਇਹ ਸੜਕ ਨੂੰ ਫੜ ਕੇ ਚੰਬੜ ਕੇ ਚੱਲਦੀ ਆ? ਚੰਬੜ ਕੇ ਜੰਮ ਕੇ ਚੱਲਦੀ ਹੈ ਜੀ ਪੂਰੀ, ਕਿਉਂਕਿ ਹੈਵੀ ਗੱਡੀਆਂ ਨੇ ਇਹ, ਭਾਰੀ ਗੱਡੀਆਂ ਨੇ। ਜੇ ਆਪਾਂ ਸੇਫਟੀ ਦੀ ਗੱਲ ਕਰੀਏ ਗੱਡੀ ਦੀ ਜੀ, ਕੀ ਕਹਿ ਸਕਦੇ ਆ ਵੀ ਕਿੰਨੀ ਕੁ ਸੇਫ ਆ ਇਹ ਡਰਾਈਵਿੰਗ ਲਈ? ਡਰਾਈਵਿੰਗ ਤਾਂ ਬਹੁਤ ਜ਼ਿਆਦਾ ਸੇਫ ਹੈ ਜੀ। ਏਅਰ ਬੈਗ ਸਹੂਲਤਾਂ ਸਾਰੀਆਂ ਨੇ, ਏਅਰ ਬੈਗ ਵੀ ਨੇ, ਏਅਰ ਬੈਗ ਹੈਗੇ ਨੇ ਦੋਸਤੋ। ਹਾਂਜੀ, ਗੱਡੀ ਜਿਹੜੀ ਅੱਜ 15-16 ਲੱਖ ਦੀ ਨਵੀਂ ਮਿਲੂ, ਜਿਹੜੀਆਂ ਸਹੂਲਤਾਂ ਤੁਹਾਨੂੰ ਇੱਥੇ ਮਿਲਣਗੀਆਂ ਬਹੁਤ ਸਸਤੇ 'ਚ। ਬਾਬਾ ਜੀ ਪਹਿਲਾਂ ਦੱਸੋ ਰੇਟ, ਫਿਰ ਦੱਸੋ ਐਵਰੇਜ। ਇਹ 2014 ਮਾਡਲ ਹੈ ਜੀ। ਹਾਂਜੀ, ਫਸਟ ਓਨਰ ਕਾਰ, ਠੀਕ ਹੈ ਜੀ, ਲਗਜ਼ਰੀ ਕਾਰ ਜੀ। ਕਾਰ ਦਾ ਰੇਟ ਦੇ ਦਾਂਗੇ ਆਪਾਂ 2,40,000 ਰੁਪਏ ਸਿਰਫ ਜੀ, NOC ਦੇ ਨਾਲ। NOC ਨਾਲ 2,40,000? 2,40,000। ਹੋਰ ਕੀ ਘੱਟ ਕਰ ਸਕਦੇ ਹਾਂ ਜੀ? 5,000 ਰੁਪਏ ਹੋਰ ਡਿਸਕਾਊਂਟ ਦੇ। 5,000 ਬਾਈ, 2,35,000 ਦੀ ਕਰਾਤੀ ਕਰਾਂ, ਆ ਜਾਓ। 2,35,000 ਦਾ ਟੱਠਾ ਲਿਜਾ ਸਕਦੇ ਹਾਂ ਅਸੀਂ, ਘੋੜੀ ਆ ਬਾਈ, ਗੱਡੀ ਨਹੀਂ, ਜਮੀ ਅਨਟੱਚ ਗੱਡੀ ਆ। ਬਾਬੇ ਦਾ ਦਾਵਾ ਲਿਖ ਕੇ ਦਿਓ, ਇੰਜਣ ਗੇਅਰ ਦਾ ਕਹਿੰਦਾ ਮੇਰੀ ਗਰੰਟੀ ਆ, ਗੱਡੀ ਖਿੱਚ ਲਓ ਕਰਾਂ, ਟਾਈਮ ਹੀ ਆ। ਹਾਂਜੀ, ਇਹ ਕਾਰ ਦੀ ਸਭ ਤੋਂ ਵੱਡੀ ਗੱਲ ਇੱਕ ਹੋਰ ਆ ਬਾਈ, ਜਿਹੜੀ ਦੱਸਣ ਵਾਲੀ ਆ ਤੁਹਾਨੂੰ, ਇਹਦੀ ਡੱਗੀ ਆਹ ਦੇਖੋ ਜੀ ਕਿੱਡੀ ਆ। ਆਰਾਮ ਨਾਲ 2 ਬੰਦੇ ਵੀ ਪੈ ਸਕਦੇ ਨੇ ਇਹ 'ਚ। ਜਿਹੜਾ ਬੰਦਾ ਵਪਾਰੀ ਆ, ਪਰਿਵਾਰਕ ਵਧੀਆ, ਕਹਿੰਦਾ ਮੇਰੇ ਸਮਾਨ ਚੱਕ ਕੇ ਬੈਗ ਲੱਦ ਕੇ ਲਿਜਾਣੇ ਨੇ, ਹੈ ਨਾ, 2-4  'ਤੇ ਜਾਣਾ, 5 ਜਣਿਆਂ ਦੇ ਕੱਪੜਿਆਂ ਦੇ ਨਾਲ ਨਾਲ ਭੋਜਨ ਦਾ ਸਮਾਨ ਵੀ ਡਿੱਗ ਜੂਗਾ। ਡੱਗੀ ਦੀ ਕੰਡੀਸ਼ਨ ਵੀ ਦੇਖੋ ਜੀ। ਹਾਂ, ਬਾਕੀ ਦੇਖੋ ਵੀ ਸਮਾਨ ਡਿੱਗਦਾ, ਬਾਕੀ ਕੰਡੀਸ਼ਨ ਵੀ ਦੇਖੋ। ਇੱਥੋਂ ਪਤਾ ਲੱਗਦਾ ਜੀ ਗੱਡੀ ਕਿੰਨੀ ਸਾਫ਼ ਪਈ ਆ, ਥੱਲੋਂ ਦਿਖਾਓ ਜੀ ਕੋਈ ਗਲਾਵਟ ਸਲਾਵਟ। ਦੇਖੋ ਜੀ ਆਹ, ਦੇਖੋ ਜੀ ਗੱਡੀ ਜਮੀ ਅੰਦਰੋਂ ਦਾ ਨਵੀਂ ਹੋਈ ਪਈ ਆ। ਹਾਂ, ਫਰਸ਼ ਦੀ ਬਿਲਕੁਲ ਨਵੀਂ ਹੈ ਜੀ, ਜਿਵੇਂ ਸ਼ੋਰੂਮ ਕਰੀ। ਟਾਇਰ ਟੂਰ ਵੀ ਘੈਂਟ ਆ, ਸਟਿੱਪਣੀ ਵੀ ਘੈਂਟ ਪਈ ਆ ਜੀ ਨਾਲ, ਵੀ ਘੈਂਟ ਪਈ ਹੈ, ਜਿਵੇਂ ਸ਼ੋਰੂਮ ਚੋਂ ਆਈ ਹੁੰਦੀ ਨਾ ਕਾਰ ਉਹਵੇਂ ਆ ਜੀ। ਲੈ ਵੀ ਦੋਸਤੋ, ਬਾਬਾ ਜੀ ਨਾਲ ਪੁਰਾਣੇ ਵਰਤ ਵਰਤੇਵੇ ਨੇ, ਪਿੰਡ ਦਾ ਗਵਾਂਢ ਆ, ਖੇਤ ਦਾ ਵੀ ਸਾਡਾ ਗਵਾਂਢ ਆ। ਬੰਦੇ ਘੈਂਟ ਨੇ, ਜਿਹੜੀ ਗੱਲ ਕਹਿੰਦੇ ਨੇ ਉਹ ਹੁੰਦੀ ਆ, ਜਿਹੜੀ ਗੱਲ ਨਹੀਂ ਹੁੰਦੀ ਉਹ ਮੂੰਹ 'ਤੇ ਕਹਿਣ ਵਾਲੇ ਨੇ। ਰੇਟ ਇਹਨਾਂ ਦੇ ਤੁਸੀਂ ਸੁਣ ਲਏ ਹੋਣਗੇ, ਇਹੋ ਜਿਹੇ ਰੇਟ ਪੰਜਾਬ 'ਚ ਕਿਤੇ ਮਿਲਣੇ ਨਹੀਂ। ਕੁਆਲਿਟੀ ਵਾਈਜ਼ ਕੂੜਾ ਚੱਕ ਕੇ ਨਹੀਂ ਕਹਿੰਦੇ ਵੀ ਰੇਟ ਉਹੋ ਜਿਹਾ ਮਿਲ ਜੂਗਾ, ਕੂੜੇ ਨਹੀਂ, ਕੁਆਲਿਟੀ ਵਾਈਜ਼ ਰੇਟ ਬੈਸਟ ਨੇ। ਗੱਡੀਆਂ ਸੀਮਤ ਰੱਖਦੇ ਨੇ ਪਰ ਰੱਖਦੇ ਘੈਂਟ ਨੇ। ਮਿਲ ਲਓ, ਸਕਰੀਨ 'ਤੇ ਨੰਬਰ ਚੱਲ ਰਿਹਾ ਬਾਬਾ ਜੀ, ਐਡਰੈਸ ਇੱਕ ਵਾਰੀ ਤੁਸੀਂ ਵੀ ਦੱਸ ਦਿਓ। ਪਿੰਡ ਲੋਹਾ ਖੇੜਾ, ਡਿਸਟ੍ਰਿਕਟ ਸੰਗਰੂਰ, ਲੌਂਗੋਵਾਲ ਦੇ ਕੋਲ, ਠੀਕ ਹੈ ਜੀ। ਅੱਜ ਤਰੀਕ ਹੈਗੀ 29/7/2023। ਇਦੋਂ ਬਾਅਦ ਹਫ਼ਤੇ ਬਾਅਦ ਇਹ ਗੱਡੀਆਂ ਬਦਲ ਗਈਆਂ ਹੋਣਗੀਆਂ। ਧੰਨਵਾਦ ਤੁਹਾਡਾ ਦੇਖਣ ਲਈ, ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ ਬਾਬਾ ਜੀ, ਸਤਿ ਸ਼੍ਰੀ ਅਕਾਲ।